ਦਿਖਾਇਆ ਵੀ ਸੀਲਾਂ ਲੀਕ ਕਰਨ ਨਾਲ ਬ੍ਰੇਕਾਂ ਦੀ ਸਮੱਸਿਆ ਬਹੁਤ ਧਿਆਨ ਰੱਖਿਆ ਕਰੋ ਵੀ ਸੀਲਾਂ ਜਦੋਂ ਲੀਕ ਹੁੰਦੀ ਆ ਨਾ ਇਹ ਬ੍ਰੇਕ ਟਾਈਮ ਟੂ ਟਾਈਮ ਆਪਣਾ ਬਦਲਾਉਂਦੇ ਰਹੋ ਉੱਠਦਾ ਹੁੰਦਾ ਸੀ ਬਾਅਦ 'ਚੋਂ ਕੰਪਨੀਆਂ ਹੌਲੀ ਹੌਲੀ ਸੁਧਾਰ ਕਰਦੀਆਂ ਇਹਦੇ ਉੱਪਰ ਗ੍ਰਿਪ ਜਿਹਾ ਬਣਾਤਾ ਹੁੰਦੀ ਆ ਸੱਜੇ ਪਾਸੇ ਇਹਦੇ ਉੱਤੇ ਬ੍ਰੇਕ ਡਰੰਮ ਕੱਸੇ ਬੰਦ ਕਰਨ ਲੱਗ ਗਈ ਉੱਥੋਂ ਵੀ ਬਹੁਤ ਪਾਣੀ ਪੈਂਦਾ ਹੁੰਦਾ ਇਹਨਾਂ ਦੇ ਵਿੱਚ ਸਿੱਧਾ ਪਾਣੀ ਉਹ ਸਟਾਰ ਬਾਡੀ 'ਚ ਪਾਣੀ ਇੱਥੇ ਆਉਂਦਾ ਜਿਹਦੇ ਨਾਲ ਅਸੀਲ ਹੁੰਦੀ ਆ ਪਹਿਲਾਂ ਅਸੀਲ ਵੱਢੀ ਜਾਂਦੀ ਆ ਬਾਅਦ 'ਚੋਂ ਫਿਰ ਸਿੱਧਾ ਡਾਇਰੈਕਟ ਅੰਦਰ ਪਾਣੀ ਜਾਈ ਜਾਂਦਾ ਇਹ ਟਾਪੇ ਦਾ ਜਿਹੜਾ ਸਮਾਨ ਤੁਹਾਨੂੰ ਮੈਂ ਦਿਖਾਉਣਾ ਆਹ ਜਿਹੜਾ ਨਾ ਆਪਣਾ ਟਰੈਕਟਰ ਮਹਿੰਦਰਾ ਜਿੰਨੇ ਵੀ ਮਹਿੰਦਰਾ ਟਰੈਕਟਰ ਆ 475 575 275 ਥੋੜ੍ਹਾ ਬਹੁਤਾ ਅੰਤਰ ਗੇਅਰ ਦਾ ਆਉਂਦਾ ਹੁੰਦਾ ਬਾਕੀ ਸੇਮ ਜੀ ਪ੍ਰੋਵੀਜ਼ਨ ਹੁੰਦੀ ਆ ਜਿਵੇਂ ਆਹ ਗਰਾਰੀ ਆ ਗਈ ਇਹਦੇ 'ਚ ਚੌੜੀ ਆ ਆਹ ਜਿਹੜਾ ਸਿਸਟਮ ਹੁੰਦਾ ਨਾ ਮਹਿੰਦਰਾ ਦਾ ਆਹ ਪਹਿਲੇ ਗੇਅਰ ਦੀ ਗਰਾਰੀ ਆ ਪਹਿਲੇ ਗੇਅਰ ਦੀ ਗਰਾਰੀ ਇੱਕ ਤਾਂ ਟਿੱਪਰ ਹੋ ਜਾਂਦੀ ਜਦੋਂ ਗੇਅਰ ਨਿਕਲਣ ਲੱਗ ਜਾਂਦਾ ਦੂਜਾ ਆਪਣਾ ਆਹ ਇਹਦੇ 'ਚ ਪਲੇ ਪੈ ਜਾਂਦੀ ਆ ਗਰਾਰੀ ਦੀ ਆਹ ਜਿਹੜੀ ਉੱਤਰ ਟਰੈਕਟਰ ਨਿਊਟਰਲ ਖੜ੍ਹਾ ਹੁੰਦਾ ਨਾ ਟੱਲੀਆਂ ਜਾਂ ਮਾਰੀ ਜਾਂਦਾ ਟਨ ਟਨ ਦੀ ਆਵਾਜ਼ ਆਹ ਜਿਹੜੀ ਅੰਦਰ ਉਸ ਪਲੇਨਾਂ ਨੇ ਨਾ ਇਹਦੀਆਂ ਕੁਛ ਤਾਂ ਸ਼ਾਫਟ ਦੀਆਂ ਵੱਢੀਆਂ ਜਾਂਦੀਆਂ ਓਪੀਨੀਅਨ ਸ਼ਾਫਟ ਬੋਲਦੇ ਨੂੰ ਓਪੀਨੀਅਨ ਦੀ ਸ਼ਾਫਟ ਕੁਛ ਇਹਦੀਆਂ ਗਰਾਰੀ ਦੀਆਂ ਪਲੇਨਾਂ ਵੀ ਡਾਊਨ ਹੋ ਜਾਂਦੀਆਂ ਜਿਹਦੇ ਨਾਲ ਆਹ ਪਲੇ ਆ ਜਿਹੜੀ ਜਦੋਂ ਟਰੈਕਟਰ ਨਿਊਟਰਲ ਖੜ੍ਹਾ ਟੱਲੀ ਵੱਜਦੀ ਰਹਿੰਦੀ ਆ ਟਰੈਕਟਰ ਤੱਕ ਗਰਾਰੀਆਂ ਤਾਂ ਘੁੰਮਣੀਆਂ ਜਦੋਂ ਟਰੈਕਟਰ ਸਟਾਰਟ ਹੋ ਗਿਆ ਨਿਊਟਰਲ ਟਰੈਕਟਰ ਸ਼ੁਰੂ ਹੋ ਗਿਆ ਸਟਾਰਟ ਹੋ ਗਿਆ ਸਾਰਾ ਗੇਅਰ ਘੁੰਮਦਾ ਹੁੰਦਾ ਅਤੇ ਨਿਊਟਰਲ ਖੜ੍ਹੇ 'ਤੇ ਵੀ ਗਰਾਰੀਆਂ ਤਾਂ ਘੁੰਮਣੀਆਂ ਹੀ ਆ ਉਹਦੇ ਨਾਲ ਇਹ ਜਿਹੜਾ ਪਲੇ ਹੁੰਦੀ ਆ ਟੱਲੀਆਂ ਮਾਰੀਆਂ ਜਾਂਦੀਆਂ ਅਤੇ ਆ ਬ੍ਰੇਕਾਂ ਦੇ ਵਿੱਚ ਆ ਜਿੱਥੋਂ ਆਪਣਾ ਤੇਲ ਪੈ ਕੇ ਬ੍ਰੇਕਾਂ ਦਾ ਹਾਲ ਦੇਖੋ ਮਹਿੰਦਰਾ ਦਾ ਆ ਬੂਟ ਕੋਈ ਬੰਦਾ ਵੀ ਆ ਬੂਟ ਦੁਬਾਰੇ ਧਿਆਨ ਨਹੀਂ ਕਰਦਾ ਬੂਟ ਵਧੀਆ ਪਾਏ ਹੋਣ ਤਾਂ ਬ੍ਰੇਕਾਂ ਦਾ ਤੁਹਾਡਾ ਨੁਕਸਾਨ ਵਿੱਚ ਤੇਲ ਤੂਲ ਜਿਹੜਾ ਆਉਣਾ ਕੁਛ ਆ ਸੀਲ ਲੀਕ ਕਰ ਜਾਂਦੀ ਇੱਥੋਂ ਸੀਲ ਲੀਕ ਕਰ ਜੇ ਤਾਂ ਬ੍ਰੇਕਾਂ ਆਪਣਾ ਤੇਲ ਪੈ ਜਾਂਦਾ ਸੀਲਾਂ ਹੁੰਦੀਆਂ ਜਿਹੜੀਆਂ ਮਹਿੰਦਰਾ ਦੀਆਂ ਸੀਲਾਂ ਦਾ ਬਹੁਤ ਧਿਆਨ ਰੱਖਿਆ ਕਰੋ ਵੀ ਸੀਲਾਂ ਜਦੋਂ ਲੀਕ ਹੁੰਦੀ ਆ ਨਾ ਇਹ ਬ੍ਰੇਕਾਂ ਦੇ ਵਿੱਚ ਤੇਲ ਆਉਣ ਕਰਕੇ ਸਾਰੇ ਬ੍ਰੇਕਾਂ ਦਾ ਸੱਤਿਆਨਾਸ ਆ ਸੀਲਾਂ ਕਰ ਦਿੰਦੀਆਂ ਸੀਲਾਂ ਬਹੁਤ ਧਿਆਨ ਨਾਲ ਆਪਣਾ ਟਾਈਮ ਟੂ ਟਾਈਮ ਆਪਣਾ ਬਦਲਾਉਂਦੇ ਰਹੋ ਜੇ ਲੀਕ ਕਰ ਗਈ ਹੈ ਤਾਂ ਬਾਹਰ ਪਤਾ ਲੱਗ ਹੀ ਜਾਂਦਾ ਟ੍ਰਿਮ ਦੇ ਵਿੱਚ ਤੇਲ ਆ ਜਾਂਦਾ ਹੁੰਦਾ ਜਦੋਂ ਤੇਲ ਹੀ ਆ ਗਿਆ ਬ੍ਰੇਕਾਂ ਨੇ ਕੰਮ ਕੀ ਕਰਨਾ ਦੋਸਤੋ ਇਹ ਪਹਿਲਾਂ ਇਹ ਸੱਜੇ ਪਾਸੇ ਦਾ ਕੁੱਜਾ ਜਿਹਾ ਬਹੁਤ ਟੁੱਟਦਾ ਹੁੰਦਾ ਸੀ ਬਾਅਦ 'ਚੋਂ ਕੰਪਨੀਆਂ ਹੌਲੀ ਹੌਲੀ ਸੁਧਾਰ ਕਰਦੀਆਂ ਇਹਦੇ ਉੱਪਰ ਗ੍ਰਿਪ ਜਿਹਾ ਬਣਾਤਾ ਪਹਿਲੇ ਮਾਡਲ ਜਿਹੜੇ ਮਹਿੰਦਰਾ ਉਹਨਾਂ 'ਚ ਨਹੀਂ ਸੀ ਆਉਂਦਾ ਇਹ ਜਦੋਂ ਸੱਜੇ ਪਾਸੇ ਦਾ ਬ੍ਰੇਕ ਬਰੂਕ ਮਾਰਿਆ ਇਹ ਕੁੱਜਾ ਜਿਹਾ ਪਾੜ ਜਾਂਦਾ ਉਹਦੇ ਨਾਲ ਆਪਣੇ ਟਰੈਕਟਰ 'ਚ ਕਈ ਵਾਰ ਜੇ ਆਵਾਜ਼ ਆਉਂਦੀ ਹੁੰਦੀ ਹੈ ਤਾਂ ਇਹ ਚੀਜ਼ ਪਾੜਦੀ ਹੁੰਦੀ ਆ ਸੱਜੇ ਪਾਸੇ ਇਹਦੇ ਉੱਤੇ ਬ੍ਰੇਕ ਡਰੰਮ ਕੱਸਿਆ ਹੁੰਦਾ ਅਤੇ ਜਦੋਂ ਬ੍ਰੇਕ ਕਿਤੇ ਡਿਫੈਂਸ਼ਲ ਫਸ ਗਿਆ ਡਿਫੈਂਸ਼ਲ ਪੈਡਲ ਵੀ ਤਕਰੀਬਨ ਮਹਿੰਦਰਾ ਦੇ ਵਿੱਚ ਕੱਢੇ ਹੁੰਦੇ ਆ ਹੁਣ ਕੰਪਨੀ ਵੀ ਬੰਦ ਕਰਨ ਲੱਗ ਗਈ ਉੱਥੋਂ ਵੀ ਬਹੁਤ ਪਾਣੀ ਪੈਂਦਾ ਹੁੰਦਾ ਇਹਨਾਂ ਦੇ ਵਿੱਚ ਸਿੱਧਾ ਪਾਣੀ ਉਹ ਸਟਾਰ ਬਾਡੀ ਜਿਹੜੀ ਆਪਣੀ ਆਹ ਇਹਨੂੰ ਕਰਾਉਣ ਪੀਣ ਵਾਲੀ ਬਾਡੀ ਕਹਿ ਦਿੰਦੇ ਹਾਂ ਆਹ ਡਿਫੈਂਸ਼ਲ ਪੈਡਲ ਜਦੋਂ ਇੱਥੋਂ ਬਾਹਰੋਂ ਇਹਦੇ ਤੋਂ ਸਿੱਧਾ ਇਹਦੇ ਵਿੱਚ ਪਾਣੀ ਇੱਥੇ ਆਉਂਦਾ ਜਿਹਦੇ ਨਾਲ ਸਟਾਰ ਇਹਦੇ ਵੱਢੇ ਜਾਂਦੇ ਆ ਇਹ ਚੀਜ਼ਾਂ ਛੋਟੀਆਂ ਛੋਟੀਆਂ ਆਪਣੀਆਂ ਆ ਡਰੰਮ ਦਾ ਬਾਹਰੋਂ ਸੁਰਾਖ ਬੰਦ ਕਰਾ ਦਿਉ ਜੇ ਤੁਸੀਂ ਨਹੀਂ ਆਪਣਾ ਇਹ ਵਰਤਦੇ ਡਿਫੈਂਸ਼ਲ ਪੈਂਡਲ ਹੁਣ ਇਹਦੇ ਵਿੱਚ ਆਹ ਦੇਖੋ ਇੱਥੇ ਸੀਲ ਹੁੰਦੀ ਆ ਪਹਿਲਾਂ ਆ ਸੀਲ ਵੱਢੀ ਜਾਂਦੀ ਆ ਬਾਅਦ 'ਚੋਂ ਫਿਰ ਸਿੱਧਾ ਡਾਇਰੈਕਟ ਅੰਦਰ ਪਾਣੀ ਜਾਈ ਜਾਂਦਾ ਹੁੰਦਾ ਅਤੇ ਬਾਕੀ ਦੋਸਤੋ ਇੱਕ ਹੋਰ ਚੀਜ਼ ਜਾਣਕਾਰੀ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੋਸਤੋ ਜਿਹੜੇ ਜਿਹੜੇ ਟਰੈਕਟਰ ਅੱਜ ਖੋਲ੍ਹਣ ਦੇ ਮੈਂ ਜਾਣਕਾਰੀ ਦੇ ਰਹੀ ਹਾਂ ਇੱਕ ਸੋਨਾਲੀਕਾ ਮਿੰਨੀ 60 RX ਆ ਦੇਖ ਲਓ ਟਰਬੋ ਕੰਪਨੀ ਦੀ ਲੱਗੀ ਹੋਈ ਤੁਹਾਨੂੰ ਦਿਖਾਉਣਾ ਨੰਬਰ ਵੀ ਇਹਦਾ ਇਹ 20 ਨੰਬਰ ਆ ਕੰਪਨੀ ਦਾ ਨਾਲ ਲੱਗਿਆ ਹੋਲ ਸੈੱਟ ਦਾ ਅਤੇ ਟਰਬੋ ਬਹੁਤ ਸਾਫ ਆ ਆਹ ਫਿਟਿੰਗ ਦੇਖ ਲਓ ਜਿਨ੍ਹਾਂ ਭਰਾਵਾਂ ਨੇ ਫਿਟਿੰਗ ਕਰਨੀ ਹੁੰਦੀ ਆ ਜੇ ਆਪਣਾ ਬਾਈ ਜੀ ਆਹ ਭੱਠੀਆਂ ਆਪਣੀਆਂ ਬਣਾ ਲਓ ਥੋੜ੍ਹੀਆਂ ਸਸਤੀਆਂ ਪੈ ਜਾਂਦੀਆਂ ਕੰਪਨੀ ਦੇ ਜਿਹੜੇ ਇਹ ਬੈਂਡ ਬੁੰਡ ਮਿਲਦੇ ਘੱਟ ਹੁੰਦੇ ਆ ਅਤੇ ਆਹ ਨਾਲ ਸਪੋਰਟ ਲਾਈ ਹੋਈ ਆ ਟਰਬੋ ਦੀ ਬੈਂਡੀ ਦੀ ਜਿਹਨੇ 3 ਸਿਲੰਡਰ ਇੰਜਨ ਲੈਣਾ ਬਾਈ ਜੀ ਉਹ ਵੀ ਸੰਪਰਕ ਕਰ ਲਿਓ ਅਤੇ ਹਿੱਸਾ ਪਾਵਰ ਸਟੀਅਰਿੰਗ ਆ ਟਰੈਕਟਰ ਦਾ ਸਾਈਡ ਡਿਸਟ੍ਰੀਬਿਊਟਰ ਆ ਤੇਲ ਬ੍ਰੇਕ ਆ ਐਲਮ ਬ੍ਰਿਸ਼ ਬ੍ਰੇਕ ਆਹ ਡਿਫੈਂਸਰ ਪੈਡਲ ਵਾਲਾ ਜਿਹੜਾ ਹਾਂਡੀ ਹੈ ਇਹਦੀ ਤੇਲ ਬ੍ਰੇਕਾਂ ਵਾਲੀ ਬਾਕੀ ਜਿਹੜੇ ਜਿਹੜੇ ਟਰੈਕਟਰ ਅੱਜ ਹੋਰ ਸਪੇਅਰ ਪਾਰਟ ਆ ਤੁਹਾਨੂੰ ਦਿਖਾਊਂਗਾ ਉਹ ਵੀ ਅਤੇ ਅੱਜ ਕਰਾਂਗੇ ਜਾਣਕਾਰੀ ਵਾਲੀਆਂ ਗੱਲਾਂ ਆਹ ਡਿਫੈਂਸਰ ਜਿਨ੍ਹਾਂ ਨੇ ਲਾਉਣੇ ਆ ਬਾਈ ਜੀ ਆਹ ਤੁਹਾਨੂੰ ਫਿਟਿੰਗ ਦਿਖਾਈ ਆ ਪਹਿਲਾਂ ਵੀ ਬਾਈ ਜੀ ਆਹ ਸੁਰਾਖ ਟਰੈਕਟਰ ਕੰਪਨੀ ਵੱਲੋਂ ਕਈ ਵਾਰ ਨਹੀਂ ਹੁੰਦੇ ਕਢਾਉਣੇ ਪੈਂਦੇ ਆ ਆਹ ਸਾਰਾ ਸੈੱਟ ਡਿਫੈਂਸਰ ਦਾ ਜਾਂਦਾ ਹੁੰਦਾ ਕੰਪਲੀਟ ਆ ਦੇਖ ਸਕਦੇ ਆ ਤੁਸੀਂ ਇਹ ਟੋਚਨ ਵਾਲੇ ਵੀਰ ਜਿਹੜੇ ਆ ਉਹ ਲਵਾਉਂਦੇ ਆ ਖਾਸ ਕਰਕੇ ਇਹ ਦੋਨਾਂ ਪਾਸੇ ਰਾਡ ਪੈਂਦੀ ਹੁੰਦੀ ਜਦੋਂ ਟਰੈਕਟਰ ਖੋਲ੍ਹੀ ਹੈ ਥੋੜ੍ਹੀ ਜੀ ਸੋਨਾਲੀਕਾ ਪਾਵਰ ਸਟੀਅਰਿੰਗ ਬਾਰੇ ਮੈਂ ਕਿਹਾ ਦੱਸਦੇ ਹਾਂ ਬਾਈਆਂ ਨੂੰ ਜਿਨ੍ਹਾਂ ਨੇ ਸੋਨਾਲੀਕਾ ਪਾਵਰ ਕਰਾਉਣੇ ਆ ਕਈਆਂ ਨੂੰ ਨਾ ਅੱਗੇ ਜਿਹੜੇ ਟਰੈਕਟਰ ਆ ਕੰਪਨੀ ਵੱਲੋਂ ਆ ਪਲੇਟ 'ਤੇ ਇੱਥੇ ਬੰਦ ਪਲੇਟ ਲੱਗੀ ਹੁੰਦੀ ਆ ਜੇ ਬੰਦ ਪਲੇਟ ਆਪਣੇ ਲੱਗੀ ਹੋਈ ਆ ਸਮਝੋ ਆਪਣਾ ਬਿਲਕੁਲ ਕੰਪਨੀ ਫਿਟਿੰਗ ਪਾਵਰ ਹੋ ਜਾਂਦਾ ਆਪਾਂ ਨੂੰ ਕੋਈ ਬਦਲਣਾ ਨਹੀਂ ਪੈਂਦਾ
ਜਿਹੜੇ ਵਿੱਚ ਚਿਮਲ ਟਰੈਕਟਰ ਸਿੰਗ ਆਪਣਾ ਸਿੰਪਲ ਸਟੀਅਰਿੰਗ ਆ, ਇੱਥੇ ਬੰਦ ਪਲੇਟ ਲੱਗੀ ਹੁੰਦੀ ਹੈ, ਇਹਦੇ ਮੂਹਰੇ ਪੰਪ ਲੱਗ ਜਾਂਦਾ ਪਾਵਰ ਵਾਲਾ, ਜਿਵੇਂ ਆਹ ਪਾਵਰ ਵਾਲਾ ਪੰਪ ਆ। ਇਹਨੂੰ ਆਂਡਾ ਸ਼ੇਪ ਕਹਿ ਦਿੰਦੇ ਹੈਗੇ, ਉਹਨਾਂ ਮੈਂਗੋ ਸ਼ੇਪ ਕਹਿ ਦਿੰਦੇ ਹਾਂ, ਜਾਂ ਹੁਣ ਜਿਹਨਾਂ ਦੇ ਪਲੇਟ ਦਾ ਨਹੀਂ ਹੱਲ ਹੈਗਾ, ਟਾਈਮਿੰਗ ਪਲੇਟ ਦਾ ਨਹੀਂ ਹੱਲ ਹੈਗਾ ਬਾਈ ਜੀ, ਫਿਰ ਉਹਨਾਂ ਨੂੰ ਪਲੇਟਾਂ ਨੂੰ ਜੋੜ ਲਾਉਣੇ ਪੈਂਦੇ ਆ। ਆਹ ਪਲੇਟ 'ਚ ਜੋੜ ਲੱਗ ਜਾਂਦਾ, ਪਲੇਟ 'ਤੇ ਪੰਪ ਵਾਲੀ ਜਗ੍ਹਾ ਬਣਾਉਣੀ ਪੈਂਦੀ ਆ, ਵੀ ਪੰਪ ਵਾਲੀ ਜਗ੍ਹਾ ਨਹੀਂ ਹੈਗੀ ਅਤੇ ਆਹ ਬਣਾਉਣੀ ਪੈਂਦੀ ਆ, ਅਤੇ ਪੰਪ ਲੱਗ ਕੇ ਹੀ ਪਾਵਰ ਬਣਦਾ, ਜਿਹੜਾ ਅਸਲ ਜਿਹੜੀ ਕਟਾਈ ਆ ਜਿਹੜੀ ਪੰਪ ਦੀ ਸਹੀ ਬਣਦੀ ਆ। ਪਤਾ ਕੀ ਹੁੰਦਾ, ਜਿਹੜਾ ਡਬਲ ਪੰਪ ਪਹਿਲਾਂ ਆਉਂਦੇ ਸੀਗੇ ਉਹ ਪੰਪ ਮਹਿੰਗੇ ਹੋਣ ਕਰਕੇ, ਕੱਲ੍ਹ ਨੂੰ ਜਦੋਂ ਰਿਪੇਅਰ ਆ, ਰਿਪੇਅਰ ਵੀ ਮਹਿੰਗੀ ਆ, ਉਹਨਾਂ ਪੰਪਾਂ ਦੀ ਰਿਪੇਅਰ ਵੀ ਮਹਿੰਗੀ ਆ, ਅਤੇ ਇਕੱਲੇ ਇਕੱਲੇ ਪੰਪ ਸਸਤੇ ਆ, ਕੱਲ੍ਹ ਨੂੰ ਪੰਪ 'ਚ ਦਿੱਕਤ ਆ ਜਾਵੇ, ਇਕੱਲਾ ਪੰਪ ਬਦਲਣਾ ਸੌਖਾ। ਅਤੇ ਆ ਜਾਓ ਪਿੱਛੋਂ ਤੁਹਾਨੂੰ ਸਾਰਾ ਪਾਵਰ ਦੀ ਫਿਟਿੰਗ ਦਿਖਾ ਦਿੰਦਾ ਇਹਦੀਆਂ ਪੈਪਾਂ ਦੀ। ਇਹ ਤਾਂ ਲਿਫਟ ਪੈਪ ਆਉਣ ਦੇ ਜਿਹੜੇ ਪਹਿਲਾਂ ਆਉਂਦੇ ਆ, ਪਾਵਰ ਦੀ ਫਿਟਿੰਗ ਖੋਲ੍ਹੀ ਆ, ਇੰਜਣ ਇਹਦਾ ਦਿੱਤਾ ਕਿਸੇ ਭਰਾ ਨੂੰ, ਆਰ ਬੀ ਡੋਲ, ਆ ਜਿੱਥੇ ਸਟੇਅਰਿੰਗ ਲੱਗਿਆ ਹੁੰਦਾ ਇੱਥੇ ਆਰ ਬੀ ਡੋਲ ਦਾ ਸਟੈਂਡ ਲੱਗ ਜਾਂਦਾ, ਆਰ ਬੀ ਡੋਲ ਮੋਟਰ ਆ। ਅਤੇ ਇਹ ਡਿਫੈਂਸਰ ਵਾਲੀ ਹਾਂਡੀ ਆ ਟਰੈਕਟਰ ਨੂੰ, ਡਿਫੈਂਸਰ ਪੈਂਡਲ ਬਹੁਤ ਘੱਟ ਆਉਂਦਾ ਸੋਨਾਲੀਕਾ ਨੂੰ, ਕੁਛ ਕੁ ਮਾਡਲ ਜਿਹੜੇ ਸਪੈਸ਼ਲ ਆਏ ਉਹਨਾਂ 'ਚ ਹੀ ਆਇਆ ਡਿਫੈਂਸਰ ਵਾਲਾ ਮਾਡਲ ਇਹ। ਤੇਲ ਬਰੇਕ ਟਰੈਕਟਰ ਆ, ਸ਼ੋ ਮਰਗਾਟ ਤਾਂ ਇਹਦੇ ਖਤਮ ਹੀ ਆ, ਮੈਂ ਤਾਂ ਪਾਵਰ ਕਰਕੇ ਮੈਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਇਹ ਡਬਲ ਜੈਕ ਵਾਲਾ ਹਿੱਸਾ, ਕਈ ਸਿੰਗਲ ਜੈਕ ਲਾਉਣਾ ਪਸੰਦ ਕਰਦਾ, ਡਬਲ ਜੈਕ, ਇਹਦੇ ਸਪੈਂਡਲ ਮੋਟੇ ਆ ਗਏ ਟੋਪ ਮਾਡਲ 'ਚ, ਇਹ 60 ਦੇ ਸਪੈਂਡਲ ਮੋਟੇ ਆ ਗਏ, 50 ਦੇ ਸਪੈਂਡਲ ਪਤਲੇ ਆ। ਇਹ ਡਬਲ ਜੈਕ ਵਾਲਾ ਹਿੱਸਾ, ਜੇ ਕੋਈ ਸਿੰਗਲ ਜੈਕ ਦਾ ਆਇਆ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਦਿੰਦੇ ਹਾਂ। ਜਿਹੜਾ ਸਿਸਟਮ ਆ ਵਾਟਰ ਬਾਡੀ ਵਾਲਾ, ਕੁਛ ਕੁ ਟਰੈਕਟਰਾਂ ਨੇ ਲੱਗਿਆ ਦੇਖਿਆ ਮੈਂ, ਜਿਵੇਂ ਆਹ ਡੀਜ਼ਲ ਦੀ ਇੱਧਰੋਂ ਆਹ ਹੀਟਰ ਸਿਸਟਮ ਆ, ਸਰਦੀਆਂ ਵਾਸਤੇ ਆ ਸਿਸਟਮ ਲਾਇਆ ਹੁੰਦਾ ਅੰਦਰੋਂ, ਆਹ ਜਿਹੜੀ ਥਰਮਸ ਆ ਬਹੁਤ ਘੱਟ ਟਰੈਕਟਰਾਂ ਨੇ ਲੱਗੀ ਹੁੰਦੀ ਆ, ਅਤੇ ਵਾਟਰ ਬਾਡੀ ਨੂੰ ਸਪਲਾਈਆਂ ਲੱਗੀਆਂ ਹੁੰਦੀਆਂ ਇਹਦੇ 'ਚ।